ਗੁਰਦਾਸੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਦੇਸ਼ੀ ਹਵਾਈ ਅੱਡਿਆਂ ਤੋਂ ਸਵਾਰੀਆਂ ਭੇਜਣ ਦੇ ਵਿੱਚ ਮੋੜ ਬਾਜ਼ੀ ਮਾਰ ਕੇ ਆਇਆ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਸ ਕਤਰ ਸਮੀਰ ਸਿੰਘ ਗੁੰਟਾਲਾ ਨੇ ਜੋ ਜਾਣਕਾਰੀ ਦਿੱਤੀ ਉਸ ਪਤਾ ਲੱਗਿਆ ਕਿ ਮੈਲਬਨ ਅੰਮ੍ਰਿਤਸਰ ਐਵਲੋਨ 에어ਪੋਰਟ ਤੋਂ 에어 এਸ਼ੀਆ ਐਕਸ ਦੀ ਉਡਾਣ ਚ ਯਾਤਰੀਆਂ ਦੀ ਗਿਣਤੀ ਇਸ ਰੂਟ ਦੇ ਉੱਤੇ ਸਭ ਤੋਂ ਵੱਧ ਹੈ థਾਈਲੈਂਡ ਦਾ ਫੁਕੇਟ ਇਸ ਤਰ੍ਹਾਂ ਦੇ ਯਾਤਰੀਆਂ ਦੀ ਗਿਣਤੀ ਦੇ ਰਿਕਾਰਡ ਦੇ ਵਿੱਚ ਦੂਜੇ ਨੰਬਰ ਤੇ ਭਾਰਤ ਚ ਕੋਚੀ ਤੀਜੇ ਨ 5ਵੇਂ ਨੰਬਰ ਤੇ ਆਉਂਦਾ ਹੈ ਪਿਛਲੇ ਸਾਲ ਦਸੰਬਰ ਵਿੱਚ 에어ਸ਼ੀਆ ਐਕਸ ਵੱਲੋਂ ਮੈਲਬਨ ਦੇ ਐਵਲਨ 에어ਪੋਰਟ ਤੋਂ ਹਰ ਰੋਜ਼ ਦੀਆਂ ਦੋ ਉਡਾਨਾਂ ਕੁਆਲੰਪੁਰ ਤੋਂ ਸ਼ੁਰੂ ਕੀਤੀਆਂ ਗਈਆਂ ਸਨ ਤੇ ਉੱਥੋਂ ਹੀ ਕੁਆਲੰਪੁਰ ਤੋਂ ਅਸੀਂ ਪੰਜਾਬੀ ਅੰਮ੍ਰਿਤਸਰ ਤੋਂ ਕੁਆਲੰਪੁਰ ਤੇ ਕੁਆਲੰਪੁਰ ਤੋਂ ਫਿਰ ਮੈਲਬਨ ਦੇ ਐਵਲਨ 에어ਪੋਰਟ ਲਈ ਉਡਾਨਾਂ ਭਰਦੇ ਨੇ ਇਸੇ ਤਰ੍ਹਾਂ 에어ਸ਼ੀਆ ਐਕਸ ਵੱਲੋਂ ਦਿੱਲੀ, ਜੈਪੁਰ, ਕੋਚੀ, ਹੋਰਨਾ ਭਾਰਤੀ ਵਾਇਡਿਆ ਤੋਂ ਵੀ ਇਹ ਉਡਾਨਾਂ ਕੁਵਾਲਾਮਪੁਰ ਨੂੰ ਤੇ ਫਿਰ ਆਸਟ੍ਰੇਲੀਆ ਵੱਲ ਨੂੰ ਕਰੈਕਟ ਕਰਦੀਆਂ ਨੇ ਪਰ ਜਿਹੜੀ ਸਭ ਤੋਂ ਵੱਡੀ ਮਾਨ ਵਾਲੀ ਗੱਲ ਹੈ ਕਿ ਮੈਲਬਨ ਦੇ ਐਵਲਨ 에어ਪੋਰਟ ਤੋਂ ਜਿਹੜਾ ਲੇਟੈਸਟ ਡੇਟਾ ਆਇਆ ਹੈ ਐਵਲਨ 에어ਪੋਰਟ ਤੋਂ ਕੁਵਾਲਾਮਪੁਰ ਆਈ ਹੁੰਦੇ ਹੋਏ ਜਿਹੜੇ گاਂ ਵੱਖੋ-ਵੱਖਰੇ ਮਿਲਕਾਂ ਨੂੰ ਡੈਸਟੀਨੇਸ਼ਨਾਂ ਨੂੰ 에어 এਸ਼ੀਆ ਦੀਆਂ ਜਿਹੜੀਆਂ ਫਲਾਈਟਸ ਤੇ ਪਸੰਜਰ ਜਾ ਰਹੇ ਨੇ ਉਸ ਵਿੱਚ ਅੰਮ੍ਰਿਤਸਰ ਸ੍ਰੀ ਦਸ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਨੰਬਰ 1 ਤੇ ਹੈ ਸ਼ੇਮ ਇਹਨਾਂ ਵਿੱਚ ਇੰਨਾ ਵੱਡੀ ਗਿਣਤੀ ਵਿੱਚ ਤੇ ਨੰਬਰ 1 ਤੇ ਹੋਣਾ ਬਾਕੀ 에ਰਪੋਰਟ ਦੇ ਨਾਲ ਇੱਕ ਬਹੁਤ ਹੀ ਮਾਨ ਵਾਲੀ ਗੱਲ ਹੈ ਕਿਉਂਕਿ ਇਹਨਾਂ ਦੀਆਂ ਕੋਲੰਬੁਰ ਤੋਂ థਾਈਲੈਂਡ ਫੂਕੇਟ ਅਤੇ ਇੰਡੀਆ ਦੇ ਹੋਰ ਡੈਸਟੀਨੇਸ਼ਨ ਕੋਚੀ, ਜੈਪੁਰ ਤੇ ਦਿੱਲੀ ਵੱਲ ਨੂੰ ਵੀ ਫਲਾਈਟਸ ਜਾਂਦੀਆਂ ਨੇ ਪਰ ਸਭ ਤੋਂ ਵੱਧ ਜਿਹੜੇ ਨੰਬਰ ਹੈ ਕੋਲੰਬੁਰ ਆਈ ਹੁੰਦਾ ਹੋਇਆ ਮੈਲਬਨ ਤੋਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਤੇ ਪੰਜਾਬੀ ਆ ਰਹੇ ਨੇ ਇਸ ਤੋਂ ਇੱਕ ਗੱਲ ਸਾਬਤ ਹੋ ਗਈ ਹੈ ਕਿ ਜੇਕਰ ਪੰਜਾਬੀਆਂ ਨੂੰ ਚੰਗੀ ਕਨੈਕਟੀਵਿਟੀ ਦਿੱਤੀ ਜਾਵੇ ਤੇ ਵਾਇਆ ਦਿੱਲੀ ਨਾ ਜਾਣਾ ਪਵੇ ਤੇ ਸਿੱਧਾ ਹੀ ਉਹ ਫਲਾਈਟਸ ਲੈ ਸਕਾਂ ਪੰਜਾਬੀਆਂ ਦਾ ਬਹੁਤ ਹੀ ਵੱਡਾ ਧੰਨਵਾਦ ਹੈ ਇਹਨਾਂ ਨੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਮੋਹਮ ਦੇ ਵੱਲੋਂ तकरीबन 1.5 ਸਾਲ ਪਹਿਲਾਂ ਪੌਣੇ 2 ਸਾਲ ਪਹਿਲਾਂ 에ਰਸ਼ੀਆ ਐਕਸ ਦੇ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੂੰ ਕੰਟੈਕਟ ਕੀਤਾ ਗਿਆ ਸੀ ਅ ਮੈਂ ਖੁਦ ਉਹਨਾਂ ਨੂੰ ਪੂਰਾ ਅਸੀਂ ਉਹਨਾਂ ਨੂੰ ਪੂਰਾ ਡੇਟਾ ਪ੍ਰੋਵਾਈਡ ਕੀਤਾ ਪਰ ਉਹਨਾਂ ਨੂੰ ਕਨਸਰਨ ਸੀਗਾ ਕਿ ਕਿਉਂਕਿ ਮਲਿੰਡੋ 에ਅਰਲਾਈਨ ਆਲਰੇਡੀ ਅੰਮ੍ਰਿਤਸਰ ਤੋਂ ਕੋਲੰਬੁਰ ਲਈ ਫਲਾਈਟਸ ਚਲਾ ਰਹੀ ਸੀ ਹਫਤੇ ਵਿੱਚ 7 ਦਿਨ ਤੇ 에어 এਸ਼ੀਆ ਦਾ ਪਲੇਨ ਵੀ 377 ਪੈਸੇਂਜਰ 377 ਪੈਸੇਂਜਰ ਜਿਸ ਵਿੱਚ 368 ਇਕਨੋਮੀ ਦੇ 12 ਫਲੈਟ ਬੱਡ ਸੀਟਸ ਹੁੰਦੀਆਂ ਨੇ ਤੇ ਉਹਨਾਂ ਨੂੰ ਕੋਈ ਕੰਸਰਨ ਸੀਗਾ ਕਿ ਉਹ ਇੰਨਾ ਵੱਡਾ ਜਹਾਜ਼ ਨਹੀਂ ਪਰ ਸਕਣਗੇ ਹਫ਼ਤੇ ਵਿੱਚ 4 ਦਿਨ ਲਈ ਵੀ ਪਰ ਜਿਸ ਤਰ੍ਹਾਂ ਦਾ ਰਿਸਪਾਂਸ ਪੰਜਾਬੀ ਨੇ ਮਿਲਿਆ ਹੈ ਉਹ ਵਧਾਈ ਦੇ ਹੱਕਦਾਰ ਨੇ ਤੇ ਜੇ ਅਸੀਂ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਵੱਤ ਵੱਤ ਪੈਸੇਂਜਰ ਸਿੱਧਾ ਅੰਮ੍ਰਿਤਸਰ ਆਣ ਆਂਦੇ ਰਹੇ ਤੇ ਹੋਰ ਵੀ 에어ਲਾਈਨਸ ਜਿਹੜੀਆਂ ਨੇ ਉਹ ਇੱਥੇ ਆਣ ਲਈ ਹਮਲਾ ਮਾਰਨ ਗਿਆ ਨਾਲ ਦੀ ਨਾਲ ਸਕੂਟ ਜੋਗੀ ਵਾਇਆ ਸਿੰਗਾਪੁਰ ਪੰਜਾਬ ਨੂੰ ਅਮਰੀਕਾ ਨੂੰ ਜੋੜਦੀ ਹੈ ਉਹ ਵੀ ਪਿਛਲੇ 2-3 ਸਾਲਾਂ ਤੋਂ ਬਹੁਤ ਹੀ ਸਕਸੈਸਫੁਲੀ ਆਸਟ੍ਰੇਲੀਆ ਨਾਲ ਕਨੈਕਟ ਕਰ ਰਹੀ ਹੈ ਤੇ ਪੰਜਾਬ ਇਸ ਵਕਤ ਆਸਟ੍ਰੇਲੀਆ ਤੇ ਹੋਰ ਜਿਹੜੇ ਸਾਊਥ-ਈਸਟ ਏਸ਼ੀਆ ਦੇ ਨੇ ਬੜਾ ਹੀ ਕਨਵੀਨੀਐਂਟਲੀ ਜੁੜ ਗਿਆ ਕਿਉਂਕਿ ਤੁਸੀਂ ਮੈਲਬੌਰਨ ਸਿਰਫ 16 ਘੰਟੇ ਵਿੱਚ ਪਹੁੰਚ ਸਕਦੇ ਹੋ ਨਾਲ ਦੀ ਨਾਲ ਮਲਿੰਡੋ ਵੀ ਕੁਵਾਲਾਮਪੁਰ ਰਾਹੀਂ ਹੁਣ ਤੁਹਾਨੂੰ ਮੈਲਬੌਰਨ ਸਿਡਨੀ ਤੇ ਪਰਥ ਵੱਲ ਨੂੰ ਜੋੜਦੀ ਹੈ ਆਸਟ੍ਰੇਲੀਆ 에ਰਸ਼ੀਆ ਐਕਸ ਬਹੁਤ ਹੀ ਵੱਡੀ ਏਅਰਲਾਈਨ ਹੈ ਜੋ ਕਿ ਕੋਲੰਬੁਰੂ ਤੋਂ ਤੁਹਾਨੂੰ 140 ਤੋਂ ਵੱਧ ਡੈਸਟੀਨੇਸ਼ਨਾਂ ਜਿਵੇਂ ਕਿ ਆਸਟ੍ਰੇਲੀਆ, THAILAND, ਹਾਂਗਕਾਂਗ ਅਤੇ ਹੋਰਨਾ ਮੁਲਕਾਂ ਨੂੰ ਜੋੜਦੀ ਹੈ ਤੇ ਜਿਹੜੀ ਸਭ ਤੋਂ ਜਿੱਥੇ ਪੰਜਾਬੀ ਇਸ ਵੇਲੇ ਬਹੁਤ ਹੀ ਵੱਡੀ ਗਿਣਤੀ ਵਿੱਚ ਵਸ ਰਹੇ ਨੇ ਸਾਊਥ-ਈਸਟ ਏਸ਼ੀਆ ਵਿੱਚ ਉਹ ਹੈ ਆਸਟ੍ਰੇਲੀਆ ਤੇ ਮੈਲਬੌਰਨ, ਸਿਡਨੀ, ਪਰਥ ਦ ਗੋਲਡ ਕੋਸਟ ਇਹ ਚਾਰ ਥਾਵਾਂ ਨਾਲ AirAsia X ਜਿਹੜਾ ਹੈ ਕਿ ਪੰਜਾਬ ਨੂੰ ਅੰਮ੍ਰਿਤਸਰ ਨੂੰ ਕੁਵਾਲਾ ਲੰਪੁਰ ਆਹੀਂ ਜੋੜਦੀ ਹੈ ਕਟ ਕਰਾਈ ਵਾਲੀ 에어ਲਾਈਨ ਹੋਣ ਦੇ ਨਾਲ ਇਸ ਦਾ ਜਿਹੜਾ ਮਿਨੀਮਮ ਕਿਰਾਇਆ ਹੈ ਉਹ ਸਿਰਫ 199 ਜਾਂ ਇੱਕ ਪਾਸੇ ਲਈ ਸਿਡਨੀ ਮੈਲਬਰਨ ਲਈ ਹੁੰਦਾ ਹੈ ਤੇ ਜੇ ਤੁਸੀਂ ਸਮਾਨ ਕੱਟ ਲੈ ਕੇ ਜਾਣਾ ਹੈ ਜਾਂ ਆਪਣੇ ਫੀਚਰ ਕੱਟ ਲੈਣੇ ਆ ਤੇ ਤੁਸੀਂ ਇਸ ਦਾ ਕਿਰਾਇਆ ਵੀ ਬਹੁਤ ਘੱਟ ਤੁਸੀਂ ਲੈ ਸਕਦੇ ਜੇ